ਹਾਂਜੀ ਇੱਥੇ ਕੁਇਟਰ ਲੱਗ ਜਾਂਦਾ, ਐਮ ਪੀ ਯੂ ਲੱਗ ਜਾਂਦਾ ਦੋ ਤਾਰਾਂ ਇੱਥੇ, ਸਹੀ ਇਹ ਬੈਟਰੀ ਲੱਗ ਜਾਂਦੀ, ਇਹ ਤਾਂ ਇਹਨਾਂ ਦੀਆਂ ਅਗਰ ਤਾਰਾਂ ਉਲਟ ਹੋ ਜਾਣ ਜਿੱਦਾਂ ਮਰਜ਼ੀ ਲਾ ਦੇ ਜਿਸ ਤਰ੍ਹਾਂ ਮਰਜ਼ੀ ਪੁਆਇੰਟ ਹੋ ਗਏ, ਇਹ ਜਮਾ ਨਫੀ ਸਿੱਧਾ ਲਾ, ਸਹੀ ਹੋ ਗਿਆ, ਇਹ ਜਿਹੜੇ ਉਹ ਦਿੱਤੀਆਂ ਨੇ ਇਹਨੂੰ ਛੱਡ, ਇਹ ਸਪੀਡ ਦੀ ਛੋਟੀ, ਸਹੀ ਹੋ ਗਿਆ, ਇਹ ਜਿਹੜੀ ਇਹ ਇੰਜਨ ਕਿੰਨਾ ਸਟਾਰਟ ਹੋਏ ਜਲਦੀ ਦੇਰ ਨਾਲ ਕੀ ਕਰਨਾ, ਇਹ ਜਿਹੜੀ ਸਟਾਰਟਿੰਗ ਫਿਊਲ ਇਹਦਾ ਕੀ ਮਤਲਬ, ਇਹ ਕਿੰਨਾ ਫਿਊਲ ਸ਼ੁਰੂ ਵਿੱਚ ਫੁੱਲ ਹੈ, ਅੱਛਾ ਸਟਾਰਟਿੰਗ ਵਾਸਤੇ, ਇਹ ਜਿਹੜੀ ਰਨਿੰਗ ਸਪੀਡ ਹੈ, ਰਨਿੰਗ ਸਪੀਡ ਹੈ ਇਹਦਾ ਕੀ ਮਤਲਬ, ਇਹ ਰਨ ਸਪੀਡ ਜਿੱਤੀ ਸਪੀਡ ਘਟਾਉਣੀ ਵਧਾਉਣੀ ਹੈ, ਇਹ ਨਹੀਂ ਇਹ ਸਪੀਡ ਰਨਿੰਗ ਹੈ, ਰੈਂਪਿੰਗ ਰੈਂਪਿੰਗ ਸੋਰੀ, ਕਿੰਨਾ ਇੰਜ ਸਲੋ ਕਰਕੇ ਸਟਾਰਟ ਹੋਵੇ ਜਾਂ ਫੋਰਨ ਹੋ ਜਾਵੇ, ਅੱਛਾ ਇਹ ਉਸ ਵਾਸਤੇ ਐਡਜਸਟ ਹੁੰਦੀ ਹੈ ਮੌਕੇ ਦੇ, ਇਹ ਜਿਹੜੀ ਸਟੈਬਿਲਟੀ ਇਹ ਵੀ ਮੌਕੇ 'ਤੇ ਸੈੱਟ ਹੁੰਦੀ ਹੈ, ਗੇਂਦ ਜਿਹੜਾ ਕਿੰਨੀ ਜੇਤੀ ਲੋੜ ਚੁੱਕੇ ਉਹਨੂੰ ਕਹਿੰਦੇ ਨੇ, ਸਹੀ ਫੋਰਨ ਲੈ ਲਵੇ ਜਾਂ ਆਰਾਮ ਨਾਲ ਲੈ, ਆਈਡੀਅਲ ਡਰੋਪ ਇਹਦਾ ਨਹੀਂ ਮਸਲਾ, ਇਹਦਾ ਕੋਈ ਮਸਲਾ ਨਹੀਂ ਹੈਗਾ, ਅਗਰ ਸਾਡਾ ਜਨਰੇਟਰ ਚੱਲਦਾ ਚੱਲਦਾ ਅਪ ਡਾਊਨ ਹੋ ਰਿਹਾ ਹੋਵੇ ਉਹ ਸਟੈਬਿਲਟੀ ਨੂੰ ਇਹਨੂੰ ਕਹਿੰਦਾ, ਹਾਂ ਗੇਨ ਜ਼ੀਰੋ ਕਰਕੇ ਤੁਹਾਨੂੰ ਫਿਰ ਐਡਜਸਟ, ਸਹੀ ਹੋ ਗਿਆ।